ਆਓ ਆਪਾਂ ਗੁਰਪ੍ਰੀਤ ਮਿੰਟੂ ਵੱਲੋਂ ਦਿੱਤੀ ਜਾ ਰਹੀ ਸੇਵਾ ਬਾਰੇ ਵੀ ਜਾਣਾਂਗੇ ਅਤੇ ਨਾਲ ਸੇਵਾ ਹੁੰਦੀ ਕੀ ਹੈ, ਸਮੁੱਚੇ ਸੰਸਾਰ ਦੇ ਸਾਡੇ ਉਹ ਉੱਚ ਕੋਟੀ ਦੀ ਸੇਵਾ ਕਰਨ ਵਾਲੇ ਸ਼ਖਸੀਅਤਾਂ ਉਹਨਾਂ ਦੇ ਵਿਚਾਰ ਜਾਂਦੇ ਹਨ। ਦਲਾਈ ਲਾਮਾ ਜੀ ਕਹਿੰਦੇ ਨੇ, ਪ੍ਰਾਈਮ ਪਰਪਸ ਇਨ ਦਿਸ ਲਾਈਫ ਇਜ਼ ਟੂ ਹੈਲਪ ਅਦਰਸ, ਐਂਡ ਇਫ ਯੂ ਕਾਂਟ ਹੈਲਪ ਦੈਮ ਐਟਲੀਸਟ ਡੋਂਟ ਹਰਟ ਦੈਮ। ਸਾਡੇ ਇਸ ਜ਼ਿੰਦਗੀ ਦਾ ਮੇਨ ਜਿਹੜਾ ਪਰਪਸ ਹੈ ਉਹ ਕਿਸੇ ਦੀ ਹੈਲਪ ਕਰਨਾ ਆ। ਜੇ ਤੁਸੀਂ ਹੈਲਪ ਨਹੀਂ ਕਰ ਸਕਦੇ, ਘੱਟੋ ਘੱਟ ਉਹਦਾ ਦਿਲ ਨਾ ਦਿਖਾਓ, ਉਹਨਾਂ ਨੂੰ ਦੁਖੀ ਨਾ ਕਰੋ। ਇਹ ਦਲਾਈ ਲਾਮਾ ਜੀ ਸ਼ੁਭ ਵਿਚਾਰ ਨੇ। ਸੋ ਸਾਡੇ ਮਿਸ਼ਨ ਪੂੰਜੇ ਵੱਲੋਂ ਵੀ ਹਮੇਸ਼ਾ ਇਸੇ ਤਰ੍ਹਾਂ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੇ ਆਪਾਂ ਕਿਸੇ ਹੈਲਪ ਨਹੀਂ ਕਰ ਸਕਦੇ, ਕਿਸੇ ਦਿਲ ਨਾ ਦਿਖਾਓ। ਮੈਂ ਗੱਲ ਕਰਾਂਗਾ ਗੁਰਪ੍ਰੀਤ ਮਿੰਟੂ ਜੀ ਦੀ ਅਤੇ ਮਿਸ਼ਨ ਦੀ ਸਾਂਝ ਦੇ ਵਿੱਚ। ਉਹ ਵੀ ਅਕਸਰ ਕਈ ਵਾਰ ਸਟੇਜਾਂ ਸ਼ੇਅਰ ਕਰਦੇ ਨੇ। ਜਦੋਂ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਤਾਂ ਪਹਿਲਾਂ ਆਰਜ਼ੀ ਤੌਰ 'ਤੇ ਕਹਿ ਲਓ ਟੈਂਟ ਤੰਬੂਆਂ ਦੇ ਵਿੱਚ ਸ਼ੁਰੂ ਕੀਤੀ ਸੀਗੀ, ਅਤੇ ਸੋਸ਼ਲ ਮੀਡੀਆ ਰਾਹੀਂ ਸਾਡੇ ਅਸ਼ੋਕ ਮਹਿਰਾ ਜੀ ਜੋ ਕਿ ਇੰਟਰਨੈਸ਼ਨਲ ਕੋਆਰਡੀਨੇਟਰ ਨੇ, ਉਹਨਾਂ ਨੂੰ ਪਤਾ ਚੱਲਿਆ। ਤਾਂ ਉੱਥੇ ਆਪਾਂ ਪਹਿਲਾਂ ਅੱਖਾਂ ਦਾ ਕੈਂਪ ਲਗਾਇਆ ਜਾ ਕੇ ਉੱਥੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਪਹਿਲਾਂ ਤਾਂ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਬਾਈ ਨੂੰ, ਅਸ਼ੋਕ ਮਹਿਰਾ ਜੀ ਨੂੰ ਅਸੀਂ ਆਪਣੇ ਨਾਲ ਖੜੇ ਪਾ ਰਹੇ ਹਾਂ। ਯਾਨੀ ਕਿ ਜਦੋਂ ਅਸੀਂ ਸੇਵਾ ਸ਼ੁਰੂ ਕੀਤੀ ਸੀ 2016 ਦੇ ਵਿੱਚ, ਸਾਨੂੰ ਪਤਾ ਸੀ, ਉਡਾੜਾ ਵੀ ਨਹੀਂ ਸੀ ਪਤਾ ਸੇਵਾ ਕਿੱਦਾਂ ਹੋਣੀ ਹੈ, ਕੀ ਕਰਨਾ। ਬਜ਼ੁਰਗਾਂ ਨੂੰ ਸੜਕਾਂ ਤੋਂ ਚੱਕ ਕੇ ਆਪਣੇ ਕੋਲੇ ਰੱਖਣਾ ਸ਼ੁਰੂ ਕਰਤਾ ਢਾਬੇ ਤੇ, ਉਹ ਕੀੜੇ ਵਾਲਾ ਮਿਲ ਗਿਆ ਉਹਨੂੰ ਰੱਖ ਲਿਆ, ਤਾਂ ਢਾਬੇ ਦਾ ਮਾਲਕ ਲਾਉਣਾ ਪਾਉਣ ਲੱਗ ਗਿਆ ਵੀ ਇਹ ਤੁਸੀਂ ਮੇਰੀ ਜਗ੍ਹਾ ਤੇ ਇੱਦਾਂ ਕਰ ਰਹੇ ਹੋ। ਤਾਂ ਅਸੀਂ ਆਪਣੇ ਖੇਤ 'ਚ ਲਿਆ ਕੇ ਰੱਖਣਾ ਸ਼ੁਰੂ ਕਰਤਾ, ਉੱਥੇ ਟੈਂਟ ਲਾ ਲਏ, ਤੰਬੂ ਲਾ ਲਏ। ਤੇ ਟੈਂਟ ਤੰਬੂ ਲਾ ਕੇ ਕਰੀਬ ਸਾਡੇ ਕੋਲ ਉਸ ਟਾਈਮ 22-23 ਮੈਂਬਰ ਸੀਗੇ। ਅਸੀਂ ਨਾ ਤਾਂ ਸਾਨੂੰ ਇਲਾਜ ਕਰਾਉਣ ਬਾਰੇ ਪਤਾ ਸੀ, ਨਾ ਸਾਨੂੰ ਅੱਖਾਂ ਦੇ ਬਰੇਟ ਜਾਂ ਟੈਸਟ ਕਰਾਉਣ ਵਾਸਤੇ ਪਤਾ ਸੀ ਕੋਈ ਖਾਸ, ਪਰ ਜਿੰਨੀ ਕੁ ਚੁੱਕੇ ਸੀਗੇ ਅਸੀਂ ਕਰੀ ਜਾਂਦੇ। ਇੱਕ ਦਿਨ ਅਸ਼ੋਕ ਮਹਿਰਾ ਜੀ ਦਾ ਪੂਰਾ ਪਰਿਵਾਰ, ਬੱਚੇ ਸਾਰੇ ਨਾਲ ਸਾਡੇ ਕੋਲ ਪਹੁੰਚੇ, ਤੇ ਉਸ ਦਿਨ ਅਸੀਂ ਕਰਨਾਲ ਤੋਂ ਸੰਤ ਤੋਂ ਰਤਨਦੀਪ ਜੀ ਨੂੰ ਲੈ ਕੇ ਆਏ ਸੀ, ਉਹਦੇ ਹੱਥ ਪੈਰ 'ਚ ਕੀੜੇ ਪਏ ਸੀ, ਬੜੀ ਮਾੜੀ ਹਾਲਤ ਸੀ। ਤੇ ਇਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਹਾਂ, ਤਾਂ ਅਸੀਂ ਚਾਹੁੰਦੇ ਵੀ ਇੱਥੇ ਕੁਛ ਖੁਸ਼ੀਆਂ ਸਾਂਝੀਆਂ ਕਰੀਏ। ਕਿ ਢੋਲੀ ਸੀ ਇਹਨਾਂ ਦੇ ਨਾਲ, ਇਹਨਾਂ ਨੇ 2-2.5 ਘੰਟੇ ਪੂਰੇ ਪਰਿਵਾਰ ਨੇ, ਪੂਰੀ ਟੀਮ ਨੇ ਉੱਥੇ ਸਾਰੇ ਬਜ਼ੁਰਗਾਂ ਦੇ ਨਾਲ ਭੰਗੜੇ ਪਾਏ, ਨੱਚੇ, ਗਾਣੇ ਗਾਏ। ਤੇ ਯਾਨੀ ਕਿ ਮਹਿਸੂਸ ਹੋਇਆ ਵੀ ਵਾਕਈ ਅਸੀਂ ਕੁਛ ਚੰਗਾ ਕਰ ਰਹੇ ਹਾਂ। ਜੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਯੂਕੇ ਤੋਂ ਇੰਗਲੈਂਡ ਤੋਂ ਛੱਡ ਕੇ ਪਿਛਲੇ 8-7 ਸਾਲਾਂ ਤੋਂ ਇਹ ਸੇਵਾ ਕਰ ਰਹੇ ਸੀ ਪੰਜਾਬ 'ਚ, ਤੇ ਪੁਨਰ ਜੋਤ ਸੇਵਾ ਸੁਸਾਇਟੀ ਇਹ ਚਲਾਉਂਦੇ ਨੇ। ਅੱਖਾਂ ਦਾ ਦਾਨ, ਮਹਾਦਾਨ ਆਪਾਂ ਕਹਿੰਦੇ ਹਾਂ, ਸੁਣਦੇ ਹਾਂ, ਪਰ ਰੀਅਲ ਹੀ ਬੇਟਾ। ਤੇ ਇਹ ਕੰਮ ਯੂਕੇ ਤੋਂ ਆ ਕੇ ਪਰਿਵਾਰ ਇੱਥੇ ਕਰ ਰਿਹਾ ਸੀ, ਤਾਂ ਸਾਨੂੰ ਇਸ ਗੱਲ ਦੀ ਬੜੀ ਮੋਟੀਵੇਸ਼ਨ ਮਿਲੀ ਅਸ਼ੋਕ ਮਹਿਰਾ ਜੀ ਨੂੰ ਮਿਲ ਕੇ, ਜਦੋਂ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਅਸੀਂ ਇੱਦਾਂ ਸੇਵਾ ਕਰਦੇ ਹਾਂ। ਤਾਂ ਅਸੀਂ ਉਦੋਂ ਤੋਂ ਫਿਰ ਇਹਨਾਂ ਦੇ ਨਾਲ ਜੁੜ ਕੇ, ਉਸ ਦਿਨ ਇਹ ਸਾਨੂੰ ਕਹਿੰਦੇ ਗਏ ਸੀ ਕਿ ਅੱਖਾਂ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਤੁਹਾਡੇ ਨਾਲ ਖੜੇ ਹਾਂ, ਤੇ ਅਸੀਂ ਕੈਂਪ ਵੀ ਲਾਵਾਂਗੇ। ਪਹਿਲਾ ਕੈਂਪ ਸਾਡੇ ਅੱਖਾਂ ਦਾ ਜਿਹੜਾ ਲੱਗਿਆ ਸੀ ਬੜੇ ਛੋਟੇ ਜਿਹੇ ਪੱਧਰ ਤੇ, ਉੱਥੇ ਅਸੀਂ ਲਾਇਆ ਸੀ, ਤੇ ਉਹਦੇ ਵਿੱਚ ਅਸ਼ੋਕ ਮਹਿਰਾ ਜੀ ਨੇ ਉਹ ਸਾਰੀ ਭੂਮਿਕਾ ਨਿਭਾਈ। ਉੱਥੇ ਕੁਛ ਉਦੋਂ ਮੈਨੂੰ ਲੱਗਦਾ ਵੀ 22 ਕੁ ਬੰਦਿਆਂ ਦੇ ਆਪਰੇਸ਼ਨ ਹੋਏ ਸੀਗੇ, ਕੁਛ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਸੀ ਜਿਹਦੇ ਕਰਕੇ ਅਸੀਂ ਉਹ ਕੈਂਪ ਲਾ ਪਾਏ। ਉਸ ਤੋਂ ਬਾਅਦ ਜਿਵੇਂ ਅਕਲ ਆਉਂਦੀ ਹੈ, ਪਤਾ ਲੱਗਦਾ ਗਾਂਹ, ਫਿਰ ਜਿਵੇਂ ਇਹਨਾਂ ਨੇ ਇੱਕ ਵਾਰੀ ਉਂਗਲੀ ਫੜ ਕੇ ਚੱਲਣਾ ਸਿਖਾ ਦਿੱਤਾ, ਅਸੀਂ ਚੱਲਦੇ ਚੱਲਦੇ ਅੱਜ ਇੱਥੇ ਤੀਕਰ ਪਹੁੰਚ ਗਏ ਹਾਂ। ਹੁਣ ਵੀ
ਸਾਡੇ ਅੱਖਾਂ ਵਾਲੇ ਜਿਹੜੇ ਪੇਸ਼ੈਂਟ ਆ ਜਿਹੜੇ ਸਾਡੇ ਕੋਲ ਬਜ਼ੁਰਗ ਆ ਪਿਛਲੇ ਕਰੀਬ ਡੇਢ ਸਾਲ ਤੋਂ ਕੈਂਪ ਨਹੀਂ ਅਰੇਂਜ ਕਰ ਸਕੇ ਵੀ ਕੈਂਪ ਲਾ ਲੈਂਦੇ ਸੀ ਤਾਂ ਅਸ਼ੋਕ ਮਹਿਰਾ ਜੀ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀ ਵੀ ਜਿੰਨੇ ਵੀ ਤੁਹਾਡੇ ਮੈਂਬਰ ਆ ਜਿਹਨਾਂ ਦੇ ਅਪਡੇਟ ਹੋਣ ਵਾਲੇ ਆ ਕਰੀਬ 14-15 ਪੇਸ਼ੈਂਟ ਸੀਗੇ ਸਾਡੇ ਜਿਹਨਾਂ ਦੇ ਅਪਡੇਟ ਹੋਣ ਵਾਲੇ ਆ ਬਜ਼ੁਰਗਾਂ ਦੇ ਵੀ ਤੁਸੀਂ ਰਮੇਸ਼ ਆਈ ਹੋਸਪਿਟਲ ਤੋਂ ਉੱਥੋਂ ਕਰਵਾਉਣੇ ਆ ਉੱਥੇ ਡਾਕਟਰ ਸਾਹਿਬ ਨੂੰ ਰਮੇਸ਼ ਡਾਕਟਰ ਸਾਹਿਬ ਨੂੰ ਵੀ ਇਹਨਾਂ ਨੇ ਕਹਿਤਾ ਸੀ ਵੀ ਜਿਹੜੀ ਪੇ ਹੋਊਗੀ ਉਹ ਮੈਂ ਆਪੇ ਕਰੂੰਗਾ ਤੁਸੀਂ ਇਹਨਾਂ ਨੇ ਅਪਡੇਟ ਕਰੀ ਚੱਲੇ ਅਸੀਂ 4-4-5-5 ਮਰੀਜ਼ ਲੈ ਕੇ ਜਾਂਦੇ ਹਾਂ 7 ਕੁ ਬਜ਼ੁਰਗਾਂ ਦੇ ਹੁਣ ਅਪਡੇਟ ਹੋ ਚੁੱਕੇ ਆ ਜਿਹਦੇ ਵਿੱਚੋਂ 2 ਬਜ਼ੁਰਗ ਜਿੰਨਾ ਦੇ ਸੀ ਜਿਹੜੇ ਟੋਟਲੀ ਬਲਾਈਂਡ ਸੀ ਜਿਹੜੇ ਸੜਕ ਤੇ ਪਏ ਸੀ ਬੜੀ ਤਕਲੀਫ ਦੇ ਜ਼ਿੰਦਗੀ ਜਿਉਂਦੇ ਸੀਗੇ ਚੰਗੇ ਪਰਿਵਾਰਾਂ ਦੇ ਵਿੱਚੋਂ ਅਸੀਂ ਘਰਦਿਆਂ ਨੇ ਸ਼ਰਨ ਪਾਤੀ ਉਹਨਾਂ ਨੂੰ ਤੇ ਅੱਜ ਉਹ ਅੱਖਾਂ ਦੀ ਰੋਸ਼ਨੀ ਉਹਨਾਂ ਦੀ ਵਾਪਸ ਆ ਗਈ ਆ ਦੇਖਣ ਲੱਗ ਗਏ ਵੀ ਚੰਗਾ ਜੀਵਨ ਬਤੀਤ ਕਰ ਰਹੇ ਆ ਟੀਮ ਲੈ ਕੇ ਗਏ ਮਿਲੇ ਉਹਨਾਂ ਨੂੰ ਅਤੇ ਇੰਜੋਏ ਕੀਤਾ ਉਹ ਸ਼ੁਰੂਆਤ ਸੀ ਸਾਡੇ ਗੁਰਪ੍ਰੀਤ ਮਿੰਟੂ ਦੀ ਸੋ ਨਾਲੇ ਹੱਲਾਸ਼ੇਰੀ ਦਿੱਤੀ ਜੋ ਬਣ ਸਕਦਾ ਪਿਆਰ ਦੇ ਨਾਲ ਸਾਂਝ ਪਾਈ ਸੋ ਇੱਕ ਸ਼ੁਰੂਆਤ ਸੀਗੀ ਗੁਰਪ੍ਰੀਤ ਮਿੰਟੂ ਦੇ ਨਾਲ ਸਾਡੀ ਮਿਸ਼ਨ ਪੁਨਰਜੋਤ ਦੀ ਬਹੁਤ ਸਾਲ ਪਹਿਲਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਮਨੁੱਖ ਸੇਵਾ ਇੱਕ ਛੋਟੇ ਛੋਟੇ ਪੈੜਾਂ ਲੈ ਕੇ ਵੱਡਾ ਦਰਖਤ ਬਣਦਾ ਜਾ ਰਿਹਾ ਸੀ ਸਮਝ ਗਈ ਜੇ ਗੱਲ ਤੂੰ ਮੇਰੀ ਸਭ ਨੂੰ ਇਹ ਸਮਝਾਈਏ ਦੁਨੀਆਂ ਦੇ ਵਿੱਚ ਆਏ ਹਾਂ ਆਪਾਂ ਕੋਈ ਤਾਂ ਪੁੰਨ ਕਮਾਈਏ ਦੁਨੀਆਂ ਦੇ ਵਿੱਚ ਆਏ ਹਾਂ ਆਪਾਂ ਕੋਈ ਤਾਂ ਪੁੰਨ ਕਮਾਈਏ ਬਾਦ ਮੌਤ ਦੇ ਡਰ ਕਾਹਦਾ ਕਿਸ ਗੱਲ ਤੂੰ ਡਰਨੇ ਆ ਮੌਤ ਦੇ ਪਿੱਛੋਂ ਸਿਵਿਆਂ ਵਿੱਚ ਅੰਗ ਸਭ ਦੇ ਸੜਨੇ ਆ ਮੌਤ ਦੇ ਪਿੱਛੋਂ ਸਿਵਿਆਂ ਵਿੱਚ ਅੰਗ ਸਭ ਦੇ ਸੜਨੇ ਆ